ਮਾੜਾ ਮੋਟਾ ਘੁੰਮਣ ਫਿਰਨ। ਨਵੀਂ ਤੇ ਦੀਦੀ ਆ ਗਈਆਂ ਤੇ ਭਾਜੀ ਸਾਡਾ ਜ਼ਿਆਦਾ ਕਾਲਾ ਸੀ, ਉਹ ਛੇਤੀ ਛੇਤੀ ਪਹੁੰਚ ਗਿਆ ਦੂਰ, ਤੇ ਹੁਣ ਆਪਾਂ ਗੱਡੀ 'ਚ ਜਾ ਕੇ ਮਿਲਦੇ ਹਾਂ ਤੇ ਅੱਜ ਦੇਖਦੇ ਹਾਂ ਕਿੱਥੇ ਜਾਂਦੇ ਹਾਂ। ਇਹਨਾਂ ਦਾ ਰੇਟ ਦੇਖ ਲਓ, ਇੱਕ $3 ਦਾ ਤੇ $2-5 ਦੇ, ਤੇ ਆਪਣੇ ਇੰਡੀਆ ਤੁਹਾਨੂੰ ਪਤਾ ਹੀ ਆ, ਕੋਈ ਪੁੱਛਦਾ ਹੀ ਨਹੀਂ ਆ, ਤੇ ਇੱਥੇ ਪ੍ਰਾਈਜ਼ ਦੇਖ ਲਓ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਨਾਲ ਜੀ। ਸੋ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ। ਟਾਈਮ ਹੋ ਚੁੱਕਾ ਦੁਪਹਿਰ ਦੇ 2, ਅੱਜ ਮੋਰਨਿੰਗ ਆਪਾਂ ਕੋਈ ਕਲਿੱਪ ਨਹੀਂ ਲਿਆ। ਸੋ ਹੁਣੇ ਆਪਾਂ ਉੱਠੇ ਸੀਗੇ, ਚਾਹ ਪਾਣੀ ਪੀ ਕੇ ਫ੍ਰੀ ਹੋਏ ਸੀਗੇ, ਅਤੇ ਮੈਂ ਸੋਚਿਆ ਆਪਾਂ ਬਲੌਗ ਸਟਾਰਟ ਕਰੀਏ। ਅਤੇ ਹੁਣ ਅਸੀਂ ਸੋਚ ਰਹੇ ਸੀ ਬਾਹਰ ਜਾਣ ਦਾ। ਇੱਥੇ ਇੱਕ ਬਹੁਤ ਹੀ ਵਧੀਆ ਮਾਰਕੀਟ ਆ, ਉਹਦੇ ਵਿੱਚ ਆਪਾਂ ਨੂੰ ਫਰੂਟਸ, ਵੈਜੀਟੇਬਲਸ ਅਤੇ ਡਰਾਈ ਫਰੂਟਸ ਕਾਫੀ ਵਧੀਆ ਸਮਾਨ ਮਿਲਦਾ, ਉੱਥੇ ਫਰੈਸ਼ ਹੁੰਦਾ ਅਤੇ ਸਮਾਨ ਵੀ ਇੰਨਾ ਜ਼ਿਆਦਾ ਹੁੰਦਾ ਉੱਥੇ, ਜਿੱਦਾਂ ਸਮਝ ਲਓ ਨਾ ਇੰਡੀਆ ਮੰਡੀ 'ਚ ਟਰਾਲੀਆਂ ਸੁੱਟੀਆਂ ਹੁੰਦੀਆਂ ਉਸ ਹਿਸਾਬ ਨਾਲ। ਅਤੇ ਆਪਾਂ ਉੱਥੇ ਜਾਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ, ਤੁਸੀਂ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਮਾਰਕੀਟ ਹੈ, ਹੋ ਸਕਿਆ ਅਤੇ ਲਾਗੇ ਇੱਕ ਮੋਲ ਹੈ, ਅਸੀਂ ਉੱਥੇ ਵੀ ਜਾ ਕੇ ਆਵਾਂਗੇ। ਸੋ ਮਿਲਦੇ ਆਪਾਂ ਤੁਹਾਨੂੰ ਰੈਡੀ ਸ਼ੈਡੀ ਹੋ ਕੇ। ਅੱਜ ਬਾਹਰ ਮੌਸਮ ਬਹੁਤ ਜ਼ਿਆਦਾ ਵਧੀਆ ਹੈ, ਹਲਕੀ ਹਲਕੀ ਜਿਹੀ ਬਾਰਿਸ਼ ਪੈਣ ਡਈ ਆ ਅਤੇ ਠੰਡੀ ਠੰਡੀ ਹਵਾ ਚੱਲਦੀ ਪਈ ਆ, ਯਾਨੀ ਕਿ ਇਹ ਠੰਡ ਨਹੀਂ ਹੈ ਇੰਨੀ, ਪਰ ਮੌਸਮ ਬਹੁਤ ਵਧੀਆ ਹੈ, ਬਹੁਤ ਜ਼ਿਆਦਾ ਵਧੀਆ। ਅਸੀਂ ਹੋ ਗਏ ਹਾਂ ਰੈਡੀ ਸ਼ੈਡੀ, ਅਤੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਆਸ਼ੂ ਅਤੇ ਇਹ ਹੈਗੀ ਹੈ ਨਵੀਂ, ਨਵੀਂ ਵੀ ਹੋ ਗਈ ਹੈ ਰੈਡੀ ਸਾਡੀ ਰਾਮ ਪਿਆਰੀ। ਅਤੇ ਹੁਣ ਰਾਮ ਪਿਆਰੀ 'ਚ ਪਹਿਨੇ ਹਾਂ ਅਤੇ ਤੁਹਾਨੂੰ ਫਿਰ ਮਿਲਦੇ ਹਾਂ। ਹਾਂਜੀ, ਅਸੀਂ ਬਹਿ ਗਏ ਸੀਗੇ ਗੱਡੀ 'ਚ ਅਤੇ ਹੁਣ ਅਸੀਂ ਜਾ ਰਹੇ ਹਾਂ, ਨਵੀਂ ਵੀ ਆ ਗਈ ਸੀਗੀ ਅਤੇ ਹੁਣ ਸਾਡੇ ਤੋਂ 5 ਕਿਲੋਮੀਟਰ ਦੂਰ ਹੈਗਾ ਜਿੱਥੇ ਅਸੀਂ ਜਾਣਾ, ਅਤੇ ਫਿਰ ਆਪਾਂ ਗਾਂਹ ਜਾ ਕੇ ਤੁਹਾਡੇ ਨਾਲ ਥੋੜ੍ਹੀ ਬਹੁਤੀਆਂ ਗੱਲਾਂ ਵੀ ਕਰਾਂਗੇ ਵਿੱਚ, ਅਤੇ ਤੁਹਾਨੂੰ ਦਿਖਾਵਾਂਗੇ ਬਾਹਰਲਾ ਵਿਊ ਵੀ। ਹਾਂਜੀ, ਆਹ ਸਾਡੇ ਘਰ ਦੇ ਨੇੜੇ ਇੱਕ ਪਾਰਕ ਆ ਬਹੁਤ ਵੱਡੀ, ਪਰ ਇਸ ਟਾਈਮ ਸਾਰੀ ਸਨੋਹ ਦੇ ਨਾਲ ਭਰੀ ਹੋਈ ਆ। ਅਤੇ ਨੈਕਸਟ ਆਪਣੇ ਜਿਹੜੇ ਗਰਮੀਆਂ 'ਚ ਬਲੌਗ ਆਉਣਗੇ ਅਤੇ ਆਪਾਂ ਤੁਹਾਨੂੰ ਦਿਖਾਵਾਂਗੇ ਪਾਰਕ ਦੇ ਵਿੱਚ ਜਾ ਕੇ, ਬਹੁਤ ਜ਼ਿਆਦਾ ਵੱਡੀ ਪਾਰਕ ਆ, ਇੱਥੇ ਮੋਸਟਲੀ ਵੀਕਐਂਡ 'ਤੇ ਕਾਫੀ ਲੋਕ ਇਕੱਠੇ ਹੁੰਦੇ ਆ। ਤਾਂ ਤੁਸੀਂ ਹੁਣ ਫਰੰਟ ਦਾ ਵਿਊ ਵੀ ਦੇਖ ਸਕਦੇ ਹੋ, ਬਹੁਤ ਵਧੀਆ ਮੌਸਮ ਹੈ। ਅਤੇ ਅਸੀਂ ਜਾ ਰਹੇ ਹਾਂ, ਹੁਣ ਤੁਹਾਨੂੰ ਦੱਸਿਆ ਸੀ ਕਿ ਅਸੀਂ ਅੱਜ ਸੈਮੀ ਫਰੂਟ ਜਾ ਰਹੇ ਹਾਂ, ਉੱਥੇ ਫਰੂਟਸ, ਗਰੋਸਰੀ ਜਿੱਦਾਂ ਵੈਜੀਟੇਬਲਸ, ਡਰਾਈ ਫਰੂਟ ਕਾਫੀ ਆਈਟਮਾਂ ਮਿਲਦੀਆਂ, ਤੁਹਾਨੂੰ ਹੁਣ ਜਾ ਕੇ ਦਿਖਾਉਂਦੇ ਹਾਂ। ਕਿੰਨਾ ਟਾਈਮ ਲੱਗਣਾ ਪਹੁੰਚਣ ਨੂੰ? ਬਸ ਅਸੀਂ 5 ਮਿੰਟ 'ਚ ਪਹੁੰਚ ਜਾਣਾ। ਵੈਸੇ ਅੱਜ ਆਪਾਂ ਦੋਨੇ ਜਾਣੇ ਵਲੌਗ ਸ਼ੂਟ ਕਰ ਰਹੇ ਹਾਂ ਅਤੇ ਅਸੀਂ ਦੋਨੇ ਜਾਣੇ ਜਾ ਰਹੇ ਹਾਂ, ਨਹੀਂ ਤਾਂ ਮੋਸਟਲੀ ਸਾਡੇ ਨਾਲ ਭਾਜੀ ਹੁਣੇ ਵੀ ਹੁੰਦੇ ਆ, ਆਪਾਂ 4-5 ਜਾਣੇ ਹੁੰਦੇ ਹੀ ਆ, ਪਰ ਅੱਜ ਆਪਾਂ ਦੋਵੇਂ ਹੀ ਚੱਲੇ ਹਾਂ। ਪਰ 10 ਮਿੰਟ ਹੋ ਗਏ ਮੈਨੂੰ ਪੁੱਛਦੀ ਨੂੰ ਕਿੰਨੇ ਟਾਈਮ 'ਤੇ ਪਹੁੰਚਣਾ, ਮੈਂ 10 ਮਿੰਟ ਤਾਂ ਹੀ ਸੁਣਦੀ, 5 ਮਿੰਟ 5 ਮਿੰਟ 5 ਮਿੰਟ। ਵੀ ਹੁਣ ਟਾਈਮ 'ਤੇ ਲੱਗੇ ਹੀ ਜਾਂਦਾ, ਤੁਹਾਨੂੰ ਪਤਾ ਹੀ ਹੈ ਹੁਣ ਬੰਦੇ ਹੱਥ ਥੋੜ੍ਹੀ ਆ, ਤੁਹਾਨੂੰ ਪਤਾ ਜੇ ਲੇਡੀਜ਼ ਚੱਲ ਜਾਣ ਨਾ ਇਹਨਾਂ ਨੇ ਇਹੀ ਕਹਿਣਾ ਹੁੰਦਾ ਕਦੋਂ ਪਹੁੰਚਣਾ, ਕਿੰਨੇ ਵਜੇ ਪਹੁੰਚਣਾ, ਅਤੇ ਜਦੋਂ ਪਹੁੰਚ ਜਾਂਦੀ ਆ ਫਿਰ ਸਾਡੇ ਵਰਗਾ ਪੁੱਛਦਾ ਹੁੰਦਾ ਵੀ ਇੱਥੋਂ ਕਿੰਨੇ ਵਜੇ ਜਾਣਾ, ਹੁਣ ਆਪਾਂ ਘਰ ਕਿੰਨੇ ਵਜੇ ਪਹੁੰਚਣਾ, ਫਿਰ ਕਹਿੰਦੇ ਆ ਇਹ ਨਹੀਂ ਪਤਾ, ਸਾਨੂੰ ਤਾਂ ਆਉਣ ਦਾ ਪਤਾ ਸੀ, ਜਾਣ ਦਾ ਟਾਈਮ 'ਤੇ ਦੇਖਾਂਗੇ ਹਾਂ। ਲਓ ਜੀ, ਫਾਈਨਲੀ ਨਵੀਂ ਦੀ ਵੇਟ ਹੋਈ ਖਤਮ ਅਤੇ ਅਸੀਂ ਪਹੁੰਚ ਗਏ ਹਾਂ ਸੈਮੀ ਫਰੂਟ, ਤੁਸੀਂ ਦੇਖ ਸਕਦੇ ਹੋ ਸੈਮੀ ਫਰੂਟ, ਅਤੇ ਹੁਣ ਆਪਾਂ ਤੁਹਾਨੂੰ ਪਾਰਕ ਲਾ ਕੇ ਮਿਲਦੇ ਹਾਂ। ਸਾਫ਼ ਨਹੀਂ ਦਿਖਾਉਣਾ, ਸਾਡੀ ਗੱਡੀ ਬਹੁਤ ਗੰਦੀ ਆ, ਇਹਨੂੰ ਇਗਨੋਰ ਕਰਿਓ, ਬਾਰਿਸ਼ ਪੈ ਰਹੀ ਹੈ ਨਾ ਤਾਂ ਕਰਕੇ। ਜਾ ਟਰਾਲੀ ਫੜ ਲਿਆ ਇੱਥੋਂ ਅਤੇ ਆਪਾਂ ਜਾ ਕੇ ਅੰਦਰ ਸ਼ੋਪਿੰਗ ਕਰੀਏ। ਦੇਖਿਓ ਹੁਣ ਇਹਨੇ ਨਾ ਨਖਰਾ ਦੇਖਿਓ ਤਾਂ ਟਰੋਲੀ ਚੁਣਨ 'ਚ, ਇਹਨੇ ਪਹਿਲਾਂ ਆਪਣਾ ਕਲਰ ਦੇਖਣਾ, ਰੈੱਡ ਆ ਇਹਦਾ ਕਲਰ, ਇਹਨੂੰ ਰੈੱਡ ਟਰੋਲੀ ਦੇਖਣੀ ਕਿਹੜੀ ਸਾਫ਼ ਹੋ ਚੱਕੀ ਲਿਆਊਗੀ। ਦੇਖਿਆ ਆਪਾਂ ਜੋ ਕਿਹਾ ਸੀ ਇਹਨੂੰ ਪਸੰਦ ਹੀ ਨਹੀਂ ਹੋਣੀ ਪਹਿਲਾਂ 5-7 ਮਿੰਟ 'ਤੇ, ਹੁਣ ਦੇਖੀ ਜਾਂਦੀ ਦੇਖੋ। ਉਹ ਲੈ ਆ ਭਰਾਵਾ ਜਿਹੜੀ ਮਰਜ਼ੀ, ਆਪਾਂ ਘਰੇ ਥੋੜ੍ਹੀ ਲੈ ਕੇ ਜਾਣੀ ਆ, ਲੈ ਆ ਲੈ ਆ। ਪਹੁੰਚ ਗਿਆ ਸੈਮੀ ਫਰੂਟ ਦੇ ਅੰਦਰ ਅਤੇ ਤੁਹਾਨੂੰ ਦਿਖਾਉਂਦੇ ਨਜ਼ਾਰੇ ਇੰਡੀਆ ਵਾਲੇ, ਬਈ ਇੱਥੇ ਫਰੂਟ ਇੱਦਾਂ ਸੁੱਟਿਆ ਹੁੰਦਾ ਜਿੱਦਾਂ ਟਰਾਲੀਆਂ ਲੱਗੀਆਂ ਹੁੰਦੀਆਂ। ਆਹ ਦੇਖ ਸਕਦੇ ਤੁਸੀਂ ਔਰੇਂਜ, ਦੇਖੋ ਹੈ ਕਿ ਨਹੀਂ ਖੁੱਲ੍ਹਾ ਹੀ ਕੰਮ। ਇੱਧਰ ਕਿਵੀ ਫਲ, ਇੱਧਰ ਵੀ ਤੁਸੀਂ ਦੇਖ ਸਕਦੇ ਹੋ ਔਰੇਂਜ, ਜਾਣ ਕੇ ਇੱਥੇ ਤੁਹਾਨੂੰ ਫਰੈਸ਼ ਫਰੂਟ ਮਿਲੂਗਾ ਸਾਰਾ ਹੀ। ਆਹ ਦੇਖ ਲਓ ਲੈਮਨ, ਦੇਖ ਲਓ ਆਹ ਗ੍ਰੀਨ ਲੈਮਨ, ਆਹ ਯੈਲੋ ਲੈਮਨ, ਇੱਧਰ ਲੱਗੇ ਨੇ ਪਪੀਤੇ ਅਤੇ ਇੱਧਰ ਲੱਗੇ ਨੇ ਕੇਲੇ, ਜਾਣ ਕਿ ਟੋਟਲੀ ਫਰੂਟਸ ਆਪਾਂ ਨੂੰ ਫਰੈਸ਼ ਫਰੂਟ ਮਿਲਦਾ, ਬਹੁਤ ਹੀ ਵਧੀਆ। ਤੁਸੀਂ ਦੇਖੋ ਇੱਧਰ ਪਾਈਨਐਪਲ ਲੱਗੇ ਆ, ਇੱਧਰ ਮੈਂਗੋ ਲੱਗੇ ਆ, ਇੱਧਰ ਨਵੀਂ ਦੇਖ ਰਹੀ ਆ ਔਰੇਂਜ। ਹੁਣ ਵੇਖੋ ਇਹਨੇ ਨਖਰੇ ਕਰ ਕਰ ਲੈਣੇ ਆ ਕਿਹੜਾ ਪੀਸ ਵਧੀਆ ਕਿਹੜਾ ਨਹੀਂ, ਵੀ ਇੱਥੇ ਤਾਂ ਕੁਆਂਟਿਟੀ ਇੰਨੀ ਆ, ਚੱਕ ਲਾ ਸਾਰਾ ਮਾਲ ਫਰੈਸ਼ ਹੀ ਆ, ਬਹੁਤ ਵਧੀਆ। ਬਾਕੀ ਤੁਹਾਨੂੰ ਮੈਂ ਅੱਗੇ ਵੀ ਦਿਖਾਉਂਦਾ ਕਾਫੀ ਚੀਜ਼ਾਂ,
वेजीटेबल्स भी दिखाऊंगा। बहुत वधिया लगे आखो टमाटो ही टमाटो। मैं कहना जी ट्रक भर के लै जाओ चाहे जिन्हें टमाटो लगे आ। नवी हुण देख रही है टमाटो भी घर वास्ते क्योंकि सानू टमाटो भी चाहिए सीगे फ्रैश टमाटो। प्राइस भी बहुत ज़्यादा वधिया इत्थे जाने कि मार्केट नालों बहुत ज्यादा प्राइस। आ देखो इधर ओरेंज बहुत ही अपने जिहड़े सैलड वाले टमाटो आ तुसी घूम के देखोगे। इधर भी टमाटो के ढेर लगे आ जाने कि काम इत्थे खुला ही आ जट सौदा ही आ खुला ही काम। दिखाने लैता भी गन्ने लगे इधर आ गई ना इंडिया का चेता आ पंजाब वाली फीलिंग। इधर देखो आ की है जे आ लैला इतों तो की है देख ला एक अद्धा देख ला ना भी लैला तुम देख सकते हो इन्हों का रेट देख लो एक $3 का तो $2-5 दे ते अपने इंडिया तुम्हें पता ही है कोई पुछता ही नहीं आ तो इतने प्राइस देख लो। शलगम देख लो किन्ने लगे ने इधर रहा लगी है चकंदर अदरक जैसा हफ्ता शलगम है दो ही बहुत दो पीस बहुत आना मैं दिखा मोहरे। इधर भी नारियल वधिया लगे आ ते इधर देखो आ मूलियां ना देखो कि कपड़े पवा पर रखे आ। आ देखो मूलियां मूली का सहज एडा सिर च मारो मैं कहना सिर पाड़ जे। इधर तुसी दे सकदे हो आ सैलड वास्ते गाजरा ते अगे भी तुहानू दिखाउने आ बंद गोभी देख सकदे हो शकरकंदी। इधर छोटे छोटे आलू इधर रेड आलू इधर बैंगन इधर दे सकते हो तुम हम फिर थोक का काम ही। हाँ देखो एप्पल एप्पल भी इतने काफ़ी तरह के आ एक आ हो गए एक आ रेड वाले एप्पल एक आ ग्रीन वाले एप्पल ट्रालिया के सामने माल सुटिया देख लो। इधर फिर तुम देख सकते हो आ एक काफ़ी वधिया होंगे जिदा सॉफ्ट जे होंगे बाड़ी आ लाइट ग्रीन च आ डार्क ग्रीन आ एप्पल के ढेर लगे है। तो इधर तुम शिमला मिर्च देख सकते हो रेड येलो सारिया फ्रैश आ ओरेंज तो आप मिर्चा का चार भी पा सकते हैं तो आ जी रेगूलर होंगी जी अपनी ग्रीन एप्पल भी लै लो हम देखते हैं कि लेंगे वैसे ये लाइट ग्रीन जो फेवरेट है वधिया लगते हैं नहीं भी लेने एप्पल रेड वाले या उपरले देखो किन्ने फ्रैश एप्पल आ। तो इदा कर एक वीक वास्ते लै ला जिन्ने चाहिए आ क्योंकि प्राइस बहुत वधिया इत्थे जो इत्थे हैगी $1.39 तो यही आप बाहरों मार्केट मिलते $2.5 मिलते जाने कि प्राइस भी बहुत वधिया इत्थे तो क्वांटिटी भी जिनी मर्जी लै लो नाले फ्रूट सब तो वधिया गल कि फ्रैश आ। उधर तुहानू वेजीटेबल्स भी दिखाई वह भी बहुत वधिया है बाकी मेरी फेवरेट गोभी आ देखते हैं जो भी लगी हुई तो आप भी लवेंगे अभी किधर लै ले तो आ ग्रेप्स नहीं देखने ग्रेप्स ब्लैक भी आ रेड भी आ तो इधर रेगूलर जोड़े चलते वह भी आ लसन कितना वधिया जिदा बदाम छिल के रखे होंगे आ $2 का एक पैकेट आ ते $5 के 3 पैकेट आ। तो इधर इन्होंने आ फ्रैश फ्रूट कट के रखे तो आ फ्रैश जूस आदि कोई भी पानी मिक्स नहीं किया हुआ देखो। तो इधर वाटरमेलन कटिंग करके रखे हुए आ जे किसी ने फुल पीस लेना फुल ले लो नहीं तो हाफ। हाँ देखो इधर आलू लगे ने $2.99 आ $2 तो $5 3 बैग तो जो असं बाहरों मार्केट चो लें $3-4 में एक बैग आ पता नहीं कितने गुआची आ मैनू लगता नवी न गोभी के फुल दिखे आ हम नवी गोभी देख रही है दे मेरी तो फेवरेट ही है गोभी देख ला वधिया जिहा फुल देख ला भी कोई गोभी उदा थोड़ी आ जे आपां वधिया जी मिल गई तो आप लवेंगे नवी पूतना ये लै लो ये तो मैं कहना तुम 3 लै लो क्योंकि 3 लगे आ स्कीम च $1.39 बारो $2 का एक मिलता
ਚੱਕ ਲੋ ਵੀ ਨਾ ਹੋ ਗਿਆ ਡਨ ਹੋਰ ਕੀ ਲੈਣਾ ਵੀ ਤੁਹਾਡੀ ਫੇਵਰਿਟ ਬੈਂਗਲ ਵੀ ਬੱਲੇ 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 ਵੀ ਬਹੁਤ ਸੋਹਣੇ ਬੈਂਗਲ ਲੱਗੇ ਆ ਆ ਵਿਚਾਰੇ ਦੇ ਹੋਰ ਹਿਸਾਬ ਦੇ ਆ ਆ ਦੇਖੋ ਕਿੰਨੇ ਫਰੈਸ਼ ਆ ਸ਼ੁਕਰ ਆ ਪੈਣੀ ਜਿਹੜੀਆਂ ਸਬਜ਼ੀਆਂ ਬਣਾਵਾਂਗੇ ਕਿਹੜੇ ਯਾਰ ਇਹ ਕਿਹੜਾ ਖਰਾਬ ਹੋਣੀਆਂ ਥੋੜੇ ਥੋੜੇ ਲੈ ਲੈ ਦੋ ਜਾਣੇ ਆ ਥੋੜੇ ਥੋੜੇ ਲੈ ਲੈ ਬਈ ਖੀਰੇ ਬੜੇ ਵੱਡੇ ਵੱਡੇ ਲੱਗੇ ਆ ਵੀ ਬੱਲੇ 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 ਹਾਂ ਦੇਖ ਸਕਦੇ ਹੋ ਤੁਸੀਂ ਖੀਰੇ ਵਧੀਆ ਵੈਸੇ ਖਾਣ 'ਚ ਟੇਸਟ ਬਹੁਤ ਵਧੀਆ ਹੁੰਦਾ ਇਹਨਾਂ ਦਾ ਪਰ ਆਪਾਂ ਲਵਾਂਗੇ ਇੰਡੀਅਨ ਸਟਾਈਲ ਆਹ ਸਾਡੇ ਇੰਡੀਆ ਵਾਲੇ ਵੀ ਲੱਗੇ ਆ ਇਹ ਖੀਰੇ ਬੜੇ ਵਧੀਆ ਹੁੰਦੇ ਆ ਆਪਾਂ ਇਹ ਲਵਾਂਗੇ ਇੰਡੀਆ ਵਾਲੇ ਹਾਂਜੀ ਹੁਣ ਦੇਖਿਓ ਇਹਨੂੰ ਪਤਾ ਨਹੀਂ ਲੱਗਣਾ ਕਿੰਨੇ ਲਵਾਂ ਹਾਂ ਲੈ ਲਾ ਪੰਜ ਸੱਤ ਪੀਸ ਲੈ ਲਾ ਜੇ ਆਪਾਂ ਦਸ ਕੁ ਪੀਸ ਲੈ ਲਾ ਬਹੁਤ ਆ ਇੱਧਰ ਬੰਦ ਗੋਭੀ ਕਈ ਤਰ੍ਹਾਂ ਦੀ ਇੱਧਰੋਂ ਪਿਆਜ਼ ਸਟਾਰਟ ਹੋ ਜਾਂਦੀ ਆ ਵਾਈਟ ਯੈਲੋ ਰੈੱਡ ਅਤੇ ਇੱਧਰ ਲਸਣ ਆ ਗਿਆ ਅਤੇ ਉਹ ਰੈੱਡ ਨਹੀਂ ਦੇਖੋ ਵੀ ਕਿੰਨੇ ਨੇ ਸਾਡੇ ਜੇ ਆਪਾਂ ਲਾਗੋ ਲਈਏ ਤਾਂ $8-9 ਨੂੰ ਮਿਲਦੇ ਆ ਬਈ ਬੱਲੇ ਬੱਲੇ ਆ ਤਾਂ ਸਕੀਮ ਹੀ ਲੱਗੀ ਆ ਵੀ $4 'ਚ ਰੈੱਡ ਅਨੀਅਨ ਚੱਕ ਲਓ ਵੀ ਮੈਂ ਕਹਿੰਦਾ ਜੇ ਵਧੀਆ ਲੱਗਦਾ ਨਹੀਂ 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 ਵਧੀਆ ਆਹ ਵਾਲੇ ਲਓ ਚਾਹੇ ਦੋ ਬੈਗ ਲੈ ਲਓ ਨਹੀਂ ਨਹੀਂ ਨਵੀ ਦੋ ਬੈਗ ਲੈ ਲਓ $4 'ਚ ਅਤੇ ਉੱਥੇ ਜਾਣੀ ਕਿ ਇੱਥੇ $8 ਦੇ ਦੋ ਆਉਣੇ ਆ ਅਤੇ ਉੱਥੇ $8 ਦਾ ਇੱਕ ਨਵੀ ਚੱਕ ਹੋਜੂ ਆਪਾਂ ਇੱਦਾਂ ਕਰਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਗੰਨੇ ਦੇ ਮਿਲਦੇ ਮਿਲਦੇ ਸੀਗੇ ਵੀ ਇੱਥੇ ਮੈਂ ਕਹਿੰਦਾ ਵੀ ਗੰਨੇ ਦੀ ਰਸ ਵੀ ਦਿੰਦੇ ਆ ਤਾਜ਼ੀ ਤਾਜ਼ੀ ਕੱਢ ਕੇ ਆਹ ਦੇਖੋ ਗੰਨੇ ਦੀ ਤਾਜ਼ੀ ਰਸ ਨਿਕਲਦੀ ਆ ਅਤੇ ਮਿਲਦੀ ਆ ਅਤੇ ਇੱਧਰ ਗੰਨੇ ਰਸ ਹੈਲੋ ਐਕਸਕਿਊਜ਼ ਮੀ ਪਲੀਜ਼ ਗਿਵ ਮੀ ਵਨ ਗਲਾਸ ਸ਼ੂਗਰ ਵੀ ਲੱਗੀ ਆ ਪੀਣ ਗੰਨੇ ਦੀ ਰਸ ਅਤੇ ਮੈਂ ਲੈ ਲਿਆ ਮਿਕਸ ਜੂਸ ਅਤੇ ਹੁਣ ਅਸੀਂ ਜੂਸ ਜਾਸ ਪੀ ਕੇ ਤੁਹਾਨੂੰ ਫਿਰ ਦੁਬਾਰਾ ਮਿਲਦੇ ਹਾਂ ਬਾਕੀ ਨਵੀਂ ਦਾ ਪੁੱਛਦੇ ਹਾਂ ਵੀ ਕਿੱਦਾਂ ਦਾ ਟੇਸਟ ਲੱਗਾ ਗੰਨੇ ਦੀ ਤਾਜ਼ੀ ਰਸ ਪੀ ਕੇ ਕਿੱਦਾਂ ਹੈ ਗੱਲਬਾਤ ਬਾਕੀ ਇੱਦਾਂ ਕਿ ਪਿਓਰ ਆ ਇਹਦੇ 'ਚ ਕੋਈ ਨਮਕ ਨੁਮਕ ਨਹੀਂ ਪਾਇਆ ਜਸਟ ਸਾਡੀ ਟੋਲੀ ਹੋ ਗਈ ਆ ਫੁੱਲ ਆ ਦੇਖ ਸਕਦੇ ਹੋ ਅਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ ਅਸੀਂ ਚੱਲ ਰਹੇ ਹਾਂ ਜਾਣ ਡਈ ਆ ਆਪਣੀ ਗੱਡੀ ਵੱਲ ਨੂੰ ਵੀ ਹੁਣ ਜਾ ਕੇ ਡਿੱਗੀ ਦੇ ਵਿੱਚ ਰੱਖ ਦਿੰਦਾ ਸਾਰਾ ਸਮਾਨ ਆਪਾਂ ਠੀਕ ਆ ਵੀ ਇੱਕ ਗੱਲ ਆ ਵੀ ਪ੍ਰਾਈਜ਼ ਕਿੰਨੇ ਵਧੀਆ ਸੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਾਰਾ ਸਮਾਨ ਲਿਆ ਅਤੇ ਪੈਸੇ ਮੈਂ ਕਹਿੰਦਾ ਕਿ ਮਾਰਕੀਟ ਨਾਲੋਂ ਅੱਧੇ ਬਣੇ ਆ ਯਾਨੀ ਕਿ ਬਹੁਤ ਵਧੀਆ ਸਾਰੇ ਜਣੇ ਵਿਜ਼ਿਟ ਕਰੋ ਇੱਥੇ ਕਿਉਂਕਿ ਆਪਾਂ ਆਲਸ ਕਰ ਲਈਦਾ ਦੂਰ ਆਉਣ ਦਾ ਪਰ ਦੂਰ ਆ ਕੇ ਆਪਾਂ ਨੂੰ ਪ੍ਰਾਈਜ਼ ਬਹੁਤ ਵਧੀਆ ਮਿਲ ਜਾਂਦੀ ਛੱਡਿਆ ਲੈ ਆ ਟਰੋਲੀ ਛੱਡਣ ਨੂੰ ਕਿਹਾ ਤਾਂ ਖੇਡਦੀ ਜਾਣ ਲਈ ਦੇਖੋ ਜੇ ਇਹਨੇ ਸੱਟ ਲਵਾ ਲਈ ਨਾ ਤਾਂ ਪਤਾ ਫੇਰ ਲੱਗਣਾ ਅਰੇ ਲੈ ਵੀ ਅਸੀਂ ਕਰ ਲਈ ਸੀ ਸੈਮੀ ਫਰੂਟ ਤੋਂ ਸ਼ੋਪਿੰਗ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਪ੍ਰਾਈਜ਼ ਸੀਗੇ ਸਾਰਾ ਸਮਾਨ ਫਰੈਸ਼ ਮਿਲਿਆ ਵੀ ਨਵੀਂ ਤੈਨੂੰ ਕਿੱਦਾਂ ਲੱਗਾ ਸ਼ੋਪਿੰਗ ਕਰਕੇ ਬਹੁਤ ਵਧੀਆ ਬਾਕੀ ਹੁਣ ਅਸੀਂ ਸ਼ੋਪਿੰਗ ਸ਼ੋਪਿੰਗ ਕਰ ਲਈ ਹੁਣ ਅਸੀਂ ਚੱਲੇ ਹਾਂ ਅਮਰੀਕ ਭਾਅ ਜੀ ਉਹਨਾਂ ਦੇ ਘਰ ਬਾਕੀ ਹੁਣ ਤੁਹਾਨੂੰ ਜਾ ਕੇ ਭਾਅ ਜੀ ਦੇ ਘਰੇ ਮਿਲਦੇ ਹਾਂ ਮਾੜਾ ਮੋਟਾ ਘੁੰਮਣ ਫਿਰਨ ਨਵੀਂ ਤਾਂ ਦੀਦੀ ਆ ਗਈਆਂ ਅਤੇ ਭਾਅ ਜੀ ਸਾਡਾ ਜ਼ਿਆਦਾ ਕਾਲਾ ਸੀ ਉਹ ਛੇਤੀ ਛੇਤੀ ਪਹੁੰਚ ਗਿਆ ਦੂਰ ਅਤੇ ਹੁਣ ਆਪਾਂ ਗੱਡੀ 'ਚ ਜਾ ਕੇ ਮਿਲਦੇ ਹਾਂ ਅਤੇ ਅੱਜ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਅਜੇ ਕੋਈ ਆਪਣਾ ਬਣਿਆ ਨਹੀਂ ਹਿਸਾਬ ਤਾਂ ਘੈਂਟ ਲੱਗਾ ਸਿਸਟਮ ਸੋਫੇ ਸੂਫੇ ਬਹਿ ਕੇ ਦੇਖੋ ਫੀਲਿੰਗ ਲਓ ਪੂਰੀ ਹਾਂਜੀ ਤੁਸੀਂ ਕੌਫੀ ਪੀਓਗੇ ਕਿ ਜਾਂ ਜੂਸ ਸਾਨੂੰ ਜੋ ਵੀ ਫ੍ਰੀ 'ਚ ਪਿਲਾ ਦੋਗੇ ਤੁਸੀਂ ਵੀ ਬੜੇ ਵਧੀਆ ਜੁਗਾੜ ਲੱਗੇ ਆ ਵੀ ਦੇਖੋ ਸੈੱਟ ਭਾਅ ਜੀ ਸਾਡੇ ਨੂੰ ਪਈ ਰਹਿੰਦੀ ਆ ਗਾਰਡਨ 'ਚ ਜਾਣ ਦੀ ਉਹ ਤਾਂ ਫੁੱਲੇ ਪਸੰਦ ਕਰਦਾ ਹੈ ਓਹੋ ਉਹ ਆਹ ਦੇ ਜਿਹੜੀ ਚੀਜ਼ ਮੰਗਦੇ ਸੀ ਆਹ ਸੁਧੀ ਮਣੀ ਲੱਗੀ ਆ ਸੈੱਟ ਦੇਖੋ ਵੀ ਕਿਆ ਬਾਤ ਆ ਇਹਨਾਂ ਨੇ ਵੱਖਰੇ ਵੱਖਰੇ ਪੋਰਸ਼ਨ ਬਣਾਏ ਆ ਇੱਧਰ ਡਾਇਨਿੰਗ ਟੇਬਲ ਬਈ $1,350 ਕਿਆ ਬਾਤ ਹੈ ਬਹੁਤ ਵਧੀਆ ਉੱਧਰ ਜਾਂਦੇ ਅੱਗੇ ਤੁਹਾਨੂੰ ਲਾਈਟਾਂ ਵੀ ਦਿਖਾਉਂਦੇ ਹਾਂ ਲੈਂਪ ਬਹੁਤ ਸੋਹਣੇ ਲੱਗੇ ਲੈਂਪ ਕਿਆ ਬਾਤ ਹੈ ਆਹ ਦੇਖੋ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਵਧੀਆ ਵਧੀਆ ਲੱਗੇ ਆ ਦੇਖੋ ਡਿਜ਼ਾਇਨਿੰਗ ਹਾਂ ਦੇਖੋ ਦੇਖੋ ਸਿਨੇਮੈਟਿਕ 14 Pro Max ਸਿਨੇਮੈਟਿਕ ਸ਼ੋਟ ਦੇਖੋ ਹਾਂ ਦੇਖਿਓ ਵੀ ਚਾਹੇ ਜੋ ਮਰਜ਼ੀ ਆ 14 Pro Max ਦੀ ਗੱਲਬਾਤ ਤਾਂ ਹੈਗੀ ਆ ਵੀ ਦੇਖੋ ਸਿਨੇਮੈਟਿਕ ਸ਼ੋਟ
ਵੀ ਆਹ ਵੀ ਸੋਹਣੇ ਆ। ਹੁਣ ਖਾਣ ਲੱਗੀਆਂ ਫਰਾਈਆਂ ਅਤੇ ਨਾਲ ਲਿਆ ਕੋਕ। ਨਵੀਂ ਕਹਿੰਦੀ ਮੈਂ ਤਾਂ ਖਾਣੀਆਂ ਨਹੀਂ, ਮੈਂ ਭਾਅ ਜੀ ਅਤੇ ਦੀਦੀ ਖਾਵਾਂਗੇ। ਇਹ ਲੈਮਨ ਹੀ ਪੀਊਗੀ ਗੱਲਾਂ। ਕੁਝ ਫ੍ਰੀ ਹੋ ਗਏ ਹੁਣ ਦੀਦੀ, ਕਿੱਦਾਂ ਫਿਰ? ਫਿਰ ਫਿਰ ਠੀਕ ਆ, ਕੋਈ ਸਮਾਨ ਫੋਨ ਲੈ ਲਿਆ ਆਪਾਂ। ਹੁਣ ਆਪਾਂ ਹੋ ਗਏ ਫ੍ਰੀ ਅਤੇ ਸਵਾਰੀਆਂ ਚੜ੍ਹੀਆਂ ਨੇ ਗੱਡੀ 'ਚ। ਇੱਧਰ ਭਾਅ ਜੀ ਬੈਠਾ ਅਤੇ ਦੀਦੀ ਕੋਈ ਗੱਲਬਾਤ ਸੁਣਾਉਣ ਲੱਗੀ ਅੱਜ। ਕਹਿੰਦੀ ਦੀਦੀ ਕਿੱਦਾਂ ਫਿਰ ਅੱਜ, ਕੀ ਸ਼ੋਪਿੰਗ ਕੀਤੀ? ਡੋਲਰਾਮਾ 'ਚ ਜਿੰਨੀ ਮਰਜ਼ੀ ਵਾਰੀ ਬੀਬੀਆਂ ਲਿਆਓ ਅਤੇ ਟਰੋਲੀ ਮਿੰਟ 'ਚ ਫੜ ਲੈਂਦੀਆਂ ਅਤੇ ਅੱਧੀ ਕੁ ਭਰ ਲੈਂਦੀਆਂ ਜਿੱਦਾਂ ਮਰਜ਼ੀ ਆ। ਕਰ ਕਰਾ ਕੇ ਇਹਨਾਂ ਨੇ ਨਾ ਲੈ ਹੀ ਲੈਣਾ ਹਰ ਘੜੀ 25 30 ਦਾ ਸਮਾਨ। ਆਹ ਦੇਖੋ ਹੁਣ ਸ਼ੁਰੂ ਆ, ਕਿੱਦਾਂ ਤਿਆਰੀ ਤੁਹਾਡੀ? ਸਮਾਨ ਪੂਰਾ ਚੱਲ ਰਿਹਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਦੇਰ ਤੱਕ ਇੱਕ ਹੋਰ ਚੀਜ਼। ਸਾਰੇ ਗ੍ਰੀਨ ਗ੍ਰੀਨ ਹੀ ਆ ਇੱਧਰ ਦੇਖੋ ਤੁਸੀਂ, ਟਾਈ ਟੂਈ ਵੀ ਹੈਗੀ ਆ, ਐਂ ਕੋਲੀਆਂ ਕੋਲੀਆਂ ਵਾਲੀਆਂ ਚੈਨਾ ਚੂਨਾ ਵੀ ਆ, ਬਹੁਤ ਵਧੀਆ ਵਧੀਆ। ਅਤੇ ਤੁਸੀਂ ਦੇਖ ਸਕਦੇ ਹੋ ਇੱਧਰ ਆਹ ਹਾਰ ਕਿੱਥੋਂ ਲਿਆ ਮਹਾਰਾਣੀ ਵਾਲਾ, ਭਾਈ ਨੇ ਮੋਢੇ 'ਤੇ ਚੱਕਿਆ। ਅਤੇ ਹੁਣ ਆਪਾਂ ਜਾਂਦੇ ਹਾਂ ਅੰਦਰ ਅਤੇ ਮੈਟ ਦੀ ਕਰਦੇ ਹਾਂ ਸੈਟਿੰਗ ਅਤੇ ਦੇਖਦੇ ਹਾਂ ਕਿਹੋ ਜਿਹਾ ਲੱਗਦਾ। ਹੁਣ ਮੈਟ ਅੰਦਰ ਲੈ ਕੇ ਖੋਲ੍ਹਾਂਗੇ, ਖੋਲ੍ਹ ਕੇ ਜਦੋਂ ਰੂਮ ਵਿੱਚ ਲਾ ਲਵਾਂਗੇ ਫਿਰ ਦਿਖਾਵਾਂਗੇ। ਓਪਨਿੰਗ ਸੈਰਾਮਨੀ ਦੇਖ ਲਓ ਜੀ ਹੋਣ ਲੱਗੀ ਆ, ਪਰ ਮੈਟ ਆਪਾਂ ਅੰਦਰ ਪੂਰਾ ਵਿਛਾ ਕੇ ਫਿਰ ਤੁਹਾਨੂੰ ਰੂਮ ਦਿਖਾਵਾਂਗੇ ਕਿਹੋ ਜਿਹਾ ਲੱਗਾ। ਭਾਅ ਜੀ ਵਿਚਾਰਾ ਲੱਗਾ, ਕਿਸੇ ਦੀ ਹੈਲਪ ਨਹੀਂ ਮੰਗਦਾ, ਔਖਾ ਸੌਖਾ ਹੋ ਕੇ ਲੱਗਾ, ਔਖਾ ਸੌਖਾ ਹੋ ਕੇ ਲੱਗਾ ਵਿਚਾਰਾ। ਦੇਖੋ ਭਾਅ ਜੀ ਦੇ ਫੇਸ ਇੰਪ੍ਰੈਸ਼ਨ ਦੇਖਣੇ, ਰੋਣਾ ਹੱਕਾ ਹੋਇਆ ਪਿਆ। ਭਾਅ ਜੀ ਸੌਂ ਗਿਆ ਮੈਟ ਤੇ, ਦੇਖ ਸਕਦੇ ਹੁਣ ਰੂਮ ਦੀ ਗੱਲ ਬਾਤ। ਤੇ ਇੱਧਰ ਵੀ ਆਪਾਂ ਆਹ ਡੈਕੋਰੇਟ ਕਰਤਾ, ਆਹ ਕੰਧ ਤੁਸੀਂ ਦੇਖ ਸਕਦੇ ਹੋ ਤੇ ਆ ਮੈਟ ਦੇਖੋ ਮੈਟ। ਆਪਾਂ ਰੂਮ 'ਚ ਮੈਟ ਮੂਟ ਵਿਛਾ ਕੇ ਹੋ ਗਏ ਹਾਂ ਵਿਹਲੇ ਅਤੇ ਹੁਣ ਆਪਾਂ ਇੱਕ ਸਲਾਹ ਕਰਨ ਲੱਗੇ ਹਾਂ ਭਰਾ ਯਾਰ। ਭਾਅ ਜੀ ਹੁਣ ਬੜੇ ਦਿਨ ਹੋ ਗਏ ਕਿਤੇ ਗਏ ਨਹੀਂ ਆ, ਮੈਂ ਕਹਿੰਦਾ ਕਿਤੇ ਟੂਟਾ ਨਾ ਕੱਢੀਏ, ਜਾਂਦੇ ਆਪਾਂ ਲੌਂਗ ਟੂਰ 'ਤੇ ਜਾਂਦੇ ਹਾਂ। ਨਹੀਂ ਸਹੀ ਗੱਲ ਆ, ਜਾਵਾਂਗੇ ਲੌਂਗ ਰੂਟ 'ਤੇ ਹੀ, ਰੋਟਵਾਲ ਜਾ ਕਰਦੇ ਆਹੋ ਯਾਰ, ਰੋਟਵਾ ਗਏ ਨਹੀਂ ਆਪਾਂ ਕਿਤੇ ਸ਼ਹਿਰ 'ਤੇ, ਨਾਲੇ ਕਹਿੰਦੇ ਵੇਖਣ ਵਾਲੀ ਚੀਜ਼ ਆ, ਬਹੁਤ ਵਧੀਆ ਸ਼ਹਿਰ ਜਾਂਦੇ ਹੁਣ ਰੋਟਵਾਲ ਜਾ। ਹੁਣ ਆਪਾਂ ਦੱਸਣਾ ਨਹੀਂ ਤੁਹਾਨੂੰ ਆਪਾਂ ਕਦੋਂ ਜਾਣਾ, ਜਾਣਾ ਹੈਗਾ ਥੋੜ੍ਹੇ ਦਿਨਾਂ 'ਚ ਹੀ, ਜਦੋਂ ਵੀ ਗਏ ਵਧੀਆ ਜਿਹਾ ਬਲੌਗ ਪਾਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਵਿਊ ਉੱਥੋਂ ਦਾ। ਬਿਲਕੁਲ ਸਾਡੀ ਸਲਾਹ ਹੋ ਗਈ ਆ ਘੁੰਮਣ ਜਾਣ ਦੀ, ਦੇਖਦੇ ਹਾਂ ਕਿੱਦਾਂ ਜਾਂਦੇ ਹਾਂ, ਲੌਂਗ ਰੂਟ 'ਤੇ ਜਾਵਾਂਗੇ। ਅਤੇ ਬਾਕੀ ਹੁਣ ਆਪਾਂ ਭਾਅ ਜੀ ਨਾਲ ਬੈਠੇ ਹਾਂ ਅਤੇ ਗੱਲਾਂ ਬਾਤਾਂ ਮਾਰਦੇ ਹਾਂ, ਸੋ ਮੇਰੇ ਹਿਸਾਬ ਨਾਲ ਹੁਣ ਬਲੌਗ 'ਤੇ ਸ਼ੂਟ ਹੋਣਾ ਨਹੀਂ ਆ, ਸੋ ਆਪਾਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ। ਤੁਹਾਨੂੰ ਮਿਲਾਂਗੇ ਅਗਲੇ ਬਲੌਗ 'ਚ। ਚੈਨਲ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ, ਬਾਏ ਬਾਏ।